ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮੁ ਅਲੈਕੁਮ ਜੀ, ਕੀ ਹਾਲ ਚਾਲ ਨੇ? ਤੇ ਵੈਸੇ ਠੀਕ ਹੈ, ਉਮੀਦ ਹੈ ਖੈਰ ਖਰੀਅਤ ਨਾਲ। ਸੋ ਅੱਜ ਮਜ਼ੇਦਾਰ ਨਵਾਂ ਨਵੇਂ ਵਲੌਗ ਦੇਖਦੇ ਹਾਂ ਸ਼ੁਰੂ। ਪਹਿਲੇ ਨੰਬਰ 'ਤੇ ਜੀ ਅੱਜ ਬਣਾਉਣ ਜਾ ਰਹੇ ਅਸੀਂ ਦਾਲ ਸਿਰਫ ਖਾਲੀ। ਔਰ ਜੀ ਪਹਿਲੇ ਤਾਂ ਦਰਵਾਜ਼ਾ ਕਰਨੇ ਬੰਦ ਕਰਕੇ ਬਾਹਰ ਜਾਣਾ, ਘਰ ਤੋਂ ਬਰਕਾ ਵਜਦੀ ਹੈ। ਬੱਚਿਆਂ ਦੇ ਕੰਮ ਦੇਖੋ ਲੱਗੇ ਨੇ, ਗੇਂਦ ਬੈਟ ਖੇਲਣ, ਕ੍ਰਿਕਟ, ਇਹਨਾਂ ਦਾ ਕੰਮ ਚੈੱਕ ਕਰੋ। ਸਾਡੇ ਦਰਵਾਜ਼ੇ ਦੇ ਸਾਹਮਣੇ ਔਰ ਕਾਫੀ ਸਾਰਾ ਸ਼ੋਰ ਪਾਈ ਖਲੇ ਨੇ। ਮਾਂ ਜੀ ਅੱਜ ਤਾਂ ਬੜੀ ਜਲਦੀ ਜਲਦੀ, ਕੋਈ ਜਲਦੀ ਸ਼ਾਮ ਹੋਈ। ਅਸਲਾਮ ਅਲੈਕੁਮ ਮੇਰੇ ਸੋਹਣੇ ਦੀਆਂ ਪੁੱਤਰ, ਠੀਕ ਰਹਿਣ, ਖੁਸ਼ ਰਹਿਣ, ਜਿੱਥੇ ਰਹਿਣ ਖੁਸ਼ ਰਹਿਣ, ਆਬਾਦ ਰਹਿਣ। ਮੇਰੀਆਂ ਦੁਆਵਾਂ ਮੇਰੇ ਧੀਆਂ ਪੁੱਤਰਾਂ ਦੇ ਨਾਲ ਨਾਲ। ਅਤੇ ਮੈਂ ਜੀ ਬਣਾ ਰਹੀ ਹਾਂ ਮੂੰਗੀ ਦੀ ਦਾਲ। ਹਾਂਜੀ, ਯਾਨੀ ਕਿ ਨਾ ਮੂੰਗੀ ਦੀ ਦਾਲ ਬਣਾਈ ਜਾ ਰਹੀ ਖਾਲੀ, ਕਿਉਂਕਿ ਨਾ ਵਿੱਚ ਆਲੂ ਨਾ ਕੁਛ ਚੀਜ਼, ਸਿਰਫ ਇਕੱਲਾ ਪਿਆਜ਼। ਮੂੰਗੀ ਦਾਲ ਇਕੱਲੀ ਰਿਜਦੀ ਨਹੀਂ, ਵਿੱਚ ਆਲੂ ਬੰਦਾ ਪਾ ਲੈਂਦਾ, ਫਿਰ ਗੋਸ਼ਤ ਹੀ ਪਾ ਲੈਂਦਾ। ਗੋਸ਼ਤ ਖਾਣ ਦਿਲ ਤਾਂ ਬੜਾ ਕਰਦਾ ਪਿਆ, ਲੇਕਿਨ ਉਹ ਕਹਿੰਦੇ ਨਾ ਸਿਆਣੇ ਕਿ ਪੱਲੇ ਨਹੀਂ ਦਿਲਾਂ ਕਰਦੀ ਮੇਲਾ ਮੇਲਾ। ਅੱਗੇ ਤੁਹਾਨੂੰ ਮੈਂ ਕਹਾਵਤ ਸੁਣਾਈ ਸੀ ਪਹਿਲੇ ਵੀਡੀਓ 'ਚ, ਅਤੇ ਪੈਸੇ ਹੋਣ ਨਾਲ ਹਰ ਇਨਸਾਨ ਦਾ ਦਿਲ ਕਰਦਾ ਕਿ ਮੈਂ ਅੱਛੀ ਤੋਂ ਅੱਛੀ ਚੀਜ਼ ਖਾਵਾਂ, ਲੇਕਿਨ ਨਹੀਂ ਆਉਣ ਤਾਂ ਫਿਰ ਨਹੀਂ ਸਹੀ। ਸ਼ੁਕਰ ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ ਮਾਲਕ ਲੱਖ। ਹਾਂਜੀ, ਦੋ ਵਕਤ ਦੀ ਰੋਟੀ ਦਿੰਦਾ ਫਿਰ ਰਜਾ। ਜੀ ਜੀ ਮਾਂ ਜੀ, ਸ਼ੁਕਰ ਸ਼ੁਕਰ ਹੈ ਮਾਲਕ ਦਾ, ਜੋ ਨਸੀਬਾਂ ਦਾ ਉਹ ਲੱਭਣਾ। ਹਾਂਜੀ, ਕਿਉਂਕਿ ਨਾ ਜੀ ਅਸੀਂ ਜਿੰਨੀ ਵੀ ਕੋਸ਼ਿਸ਼ ਕਰ ਲਈਏ ਨਾ, ਜਿੰਨਾ ਵੀ ਅੱਗੇ ਜਾ ਲਈਏ, ਲੇਕਿਨ ਸਾਨੂੰ ਮਿਲਣਾ ਉਹੀ ਹੈ ਕਿ ਜਿਹੜਾ ਸਾਡੇ ਨਸੀਬਾਂ 'ਚ ਔਰ ਸਾਡੇ ਮੁਕੱਦਰ 'ਚ। ਅਸੀਂ ਜ਼ਿਆਦਾ ਵੱਜੇ ਫਿਰਾਂਗੇ, ਸਾਨੂੰ ਕੋਈ ਚੀਜ਼ ਨਹੀਂ ਆਉਂਦੀ। ਚੁੱਲ੍ਹਾ ਬਾਹਰ ਰੱਖਣਾ, ਬਾਹਰ ਰੱਖਣਾ ਸਾਹਿਬ ਜੀ, ਅੰਦਰ ਨਹੀਂ ਤਾਂ ਮੱਖੀਆਂ ਹੈਗੀਆਂ ਨੇ। ਅੱਜ ਨਾ ਕੇ ਤੂੰ ਤਾਂ ਨਾ, ਹਾਂਜੀ ਕੋਈ ਰਾਜੀ ਪੈ ਦੁਨੀਆ ਆਉਂਦੀ। ਅੱਛਾ ਜੀ, ਹਾਂ ਆਉਂਦੇ ਨੇ, ਬਹੁਤ ਅੱਲਾ ਦਾ ਇਹਸਾਨ ਹੈ, ਇੱਡਾ ਨੇਕ ਬੰਦਾ। ਅੱਛਾ ਜੀ, ਜਾਂ ਇਤਨਾ ਪਾਣੀ ਦਾ ਜ਼ਰੀਆ ਅੰਨਿਆਂ ਦਾ ਬਣਾਇਆ ਅਤੇ ਪਿੰਡ ਦਾ ਬਣਾਇਆ। ਹਾਂਜੀ, ਮੇਰਾ ਬੜਾ ਦਿਲ ਹੁਣ ਅੰਨਾ ਨਹੀਂ ਨਵੀਨਾ ਨੂੰ ਕਿਹੋ, ਕਿਉਂਕਿ ਨਾ ਥੋੜ੍ਹਾ ਜਿਹਾ ਨਵੀਨਾ ਉਹ ਮੁੜ ਆਪਣੇ ਅੰਨਾ ਤੋਂ। ਹਾਂ, ਕਿਉਂਕਿ ਨਾ ਜੀ ਸਾਡੀ ਫਿਰ ਜਟਕੀ ਜ਼ਬਾਨ ਹੈ, ਔਰ ਗੁੱਸਾ ਨਹੀਂ ਕਰਨਾ ਮਾਂ ਜੀ ਦੀ ਗੱਲਾਂ ਦਾ, ਕਿਉਂਕਿ ਮਾਂ ਜੀ ਫਿਰ ਨਾ ਇਹ ਥੋੜ੍ਹੀ ਜਿਹੀ ਗੱਲਾਂ ਪੁਰਾਣੀਆਂ ਪੁਰਾਣੀਆਂ ਕਰਦੇ ਨੇ। ਅਤੇ ਜੀ ਨਵੀਨਾ ਹੈਗਾ, ਔਰ ਅੱਲਾਹ ਤਾਲਾ ਜੀ ਨਾ ਜਿਨ੍ਹਾਂ ਨੇ ਉਹ ਕੀਤਾ ਨਾ, ਅੱਲਾਹ ਤਾਲਾ ਉਹਨਾਂ ਦੇ 'ਤੇ ਹਮੇਸ਼ਾ ਖੁਸ਼ੀ ਰੱਖੇ, ਔਰ ਅੱਲਾਹ ਤਾਲਾ ਉਹਨਾਂ ਨੂੰ ਮਜ਼ੀਦ ਕਾਮਯਾਬ ਦੇਵੇ, ਮਜ਼ੀਦ ਕਾਮਯਾਬੀ ਅਤਾ ਫਰਮਾਵੇ, ਅੱਲਾਹ ਜਿਹੜੇ ਪੀਵਾਂ ਨਾਲੇ ਉਹਨਾਂ ਦੇ ਵੀ ਨਸੀਬ। ਤੋ ਸਾਡੇ ਦਿਲ 'ਚ ਸੀ ਕਿ ਸਾਡੇ ਘਰ ਵੀ ਲੱਗਦਾ ਫਿਲਟਰ, ਲੇਕਿਨ ਹੁਣ ਕੀ ਕਰ ਸਕਦੇ ਹਾਂ, ਘਰ ਕੇ ਤੋਂ ਬਦਲਿਆ ਉਦੋਂ ਫਿਲਟਰ ਵੀ ਆ ਜਾਏਗਾ ਇਨਸ਼ਾਅੱਲਾ। ਹੁਣ ਮਾਂ ਜੀ ਘਰ ਕਿਵੇਂ ਬਦਲਾਂ ਮੈਂ, ਤੋ ਕਹਿੰਦੇ ਜੀ ਬਿਲਕੁਲ ਪ੍ਰਾਈਜ਼ ਜਗ੍ਹਾ ਪ੍ਰਾਈਜ਼ ਜਗ੍ਹਾ 'ਚ ਬੈਠੇ ਹਾਂ, ਅਸੀਂ ਕੀ ਕਰ ਸਕਦੇ ਹਾਂ। ਅੱਲਾ ਮਾਰੇ ਤੇ ਅੱਲਾ ਲ ਧਿਆਨ ਕੀਤਾ ਕਰੇ ਨਾ, ਇਹ ਗੱਲਾਂ ਨਾ ਕੀਤਾ, ਠੀਕ ਹੋ ਗਿਆ ਜੀ। ਅੱਲਾ ਲ ਧਿਆਨ ਇਹ ਨਹੀਂ ਕਿ ਬਸ ਅੱਲਾ ਨੂੰ ਰਾਜ਼ੀ ਰੱਖੋ, ਥਾਵਾਂ ਸਾਰੀਆਂ ਹੀ ਅੱਲਾ ਪਾ। ਹਾਂਜੀ, ਅਤੇ ਨਾ ਇੱਕ ਜਿਹੜੀ ਦਾਲ ਹੈ ਨਾ ਇਹਦੇ ਵਿੱਚ ਮੈਂ ਕੱਢਣਾ ਲਾਇਆ, ਜਿਹੜਾ ਕੋਈ ਇਹਦੇ ਵਿੱਚ ਰੋੜ ਵਗੈਰਾ ਹੈ ਨਾ ਉਹ, ਅਤੇ ਪਹਿਲੇ ਨੰਬਰ ਚਾਹੁੰਦੇ ਹਾਂ ਇੱਥੋਂ ਕੋਈ, ਅਤੇ ਗਿੱਲੀ ਬਿਲਕੁਲ ਗਿੱਲੀ ਨਹੀਂ, ਕੰਮ ਦੇ ਨਹੀਂ, ਕੋਈ ਸੁੱਕੀ ਚੀਜ਼ ਯੂਜ਼ ਕਰਨੇ ਆ ਜਿਹਦੇ ਵਿੱਚ ਸੁੱਕੀ ਸੁੱਕੀ ਦਾਲ ਰਹੇ ਮਾਂ ਜੀ। ਪਾਣੀ ਪਿਆ ਮਾਂ ਜੀ, ਬਾਹਰ ਰੱਖਣਾ ਕਹਿੰਦੇ, ਬਾਹਰ ਅੰਦਰ ਰੱਖਣ ਨਾਲ ਨਾ ਮੈਂ ਤੁਹਾਨੂੰ ਪਹਿਲੀ ਵਾਰ ਦੱਸ ਚੁੱਕਿਆ ਕਿ ਮੱਖੀਆਂ ਆਉਂਦੀਆਂ ਨੇ। ਆ ਕੋਈ ਬਦਰੀਆਂ ਨਹੀਂ ਮਾਰਦਾ, ਅੱਕਾ ਯਾਰ ਆ ਵੇਖੋ ਤੁਸੀਂ ਮੈਚ ਵੇਖ ਰਹੇ ਜੋ ਯਸ ਨੇ। ਹਾਂਜੀ, ਤੇ ਮੈਂ ਬਾਹਰ ਨਿਕਲਣਾ ਨਾ ਤੇ ਮਾਂ ਜੀ ਮੈਨੂੰ ਆਵਾਜ਼ ਮਾਰ ਲੈਂਦੇ ਨੇ, ਕਹਿੰਦੇ ਪੁੱਤਰ ਘਰ ਆ ਜਾ, ਪਰ ਅਸੀਂ ਉਹ ਯੂਜ਼ ਕਰਾਂਗੇ ਜਿਹੜਾ ਨਾ ਕਿਹਾ ਮੈਂ ਇੱਧਰ ਰੱਖ ਇਹ ਡੱਬੇ ਵਿੱਚ ਪਾ ਲਓ।
ਅੱਜ ਸਾਲਣ ਗੱਤਿਆਂ ਦੇ ਪੱਕੇਗਾ ਹੈ ਚੰਗੀ ਅੱਗ ਮਿਲਦੀ ਮਾਂ ਜੀ ਤਾਂ ਆਪਾਂ ਕੋਈ ਨਾ ਗੱਤੇ ਲੈ ਆਈਏ ਨਾ ਕੋਈ ਚਾਰ ਪੰਜ ਮਨ ਆਰਾਮ ਨਾਲ ਬਾਲਾਂਗੇ ਕਿ ਗੱਤਾ ਜਿਹਾ ਨਾਲ ਲਾ ਦਿੱਤਾ ਤਕਰੀਬਨ ਅਸੀਂ ਨਾ ਯੂਜ਼ ਕੋਈ ਐਡੇ ਗੱਤੇ ਕਰਦੇ ਲੇਕਿਨ ਜ਼ਰੂਰਤ ਪੈ ਜਾਂਦੀ ਹੈ ਕਿਉਂਕਿ ਹਰ ਚੀਜ਼ ਦੀ ਜ਼ਰੂਰਤ ਗਾਰੇ 'ਚ ਹੁੰਦੀ ਹਰ ਚੀਜ਼ ਦੀ ਛੋਟੀ ਛੋਟੀ ਵੱਡੀ ਵੱਡੀ ਦੀ ਜ਼ਰੂਰਤ ਲਾ ਦਿੰਦਾ ਜੀ ਬਿਲਕੁਲ ਯਾਨੀ ਕਿ ਜਦੋਂ ਈਸ਼ਾ ਦੀ ਅਜ਼ਾਨ ਹੁੰਦੀ ਨਾ ਉਦੋਂ ਦੀ ਆ ਜਾਂਦੀ ਅਸੀਂ ਆਸਤੇ ਆਸਤੇ ਦੇ ਨਾ ਸ਼ਾਮ ਦੇ ਈਵਨਿੰਗ ਰੂਟੀਨ ਦੇ ਵਿੱਚ ਨਾ ਕਦਮ ਆਸਤੇ ਆਸਤੇ ਰੱਖਾਂਗੇ ਇਨਸ਼ਾਅੱਲਾ ਅੱਜ ਤੱਕ ਤਾਂ ਸਿਰਫ ਔਰ ਸਿਰਫ ਜਿਹਨਾਂ ਗੁੱਡ ਮਾਰਨਿੰਗ ਰੂਟੀਨ ਹੈ ਜੀ ਜਿਹੜੀ ਦਾਲ ਹੈ ਨਾ ਉਹ ਬਣਾਈ ਜਾ ਰਹੀ ਹੈ ਬਿਲਕੁਲ ਤੜਕੇ ਵਾਲੇ ਅੱਜ ਤਕਰੀਬਨ ਜੀ ਕੋਈ ਜ਼ਿੰਦਗੀ 'ਚ ਪਹਿਲੀ ਵਾਰ ਮਾਂ ਨੇ ਤੜਕੇ ਵਾਲਾ ਸਾਨੂੰ ਬਣਾਇਆ ਅੱਗੇ ਤਾਂ ਬਿਲਕੁਲ ਸਾਰੀ ਹਰ ਚਾਹ ਇਕੱਠੀ ਵਿੱਚ ਪਾ ਦੇਣੀ ਅਤੇ ਚਲੋ ਜੀ ਬੜਾ ਬਿਹਤਰੀਨ ਸਾਲਣ ਬਣ ਜਾਣਾ ਔਰ ਉਹ ਖਾ ਲੈਣਾ ਅੱਜ ਤੜਕਾ ਹਾਂਜੀ ਹਾਂਜੀ ਪਕਿੰਦੇ ਕਿਉਂ ਪਕਾਨੇ ਹੈ ਵੰਨ ਪਵੰਨੇ ਤੁਹਾਡੀ ਦੁਆ ਨਾ ਮਾਂ ਜੀ ਇਨਸ਼ਾਅੱਲਾ ਅੱਲਾਹ ਤਾਲਾ ਖੈਰ ਕਰੇਗਾ ਤੇ ਮੈਨੂੰ ਮਿਰਚਾਂ ਦਿਓ ਮੈਂ ਰੋਟੀ ਖਾ ਲਵਾਂ ਤੁਸੀਂ ਵੀ ਖਾਣੀ ਅਸੀਂ ਜਿਹਨਾਂ ਦੋਵੇਂ ਮਾਂ ਪੁੱਤਰ ਹਾਂ ਤੇ ਨਾ ਬਸ ਯਰੀ ਯਰੀ ਸ਼ਾਇਦ ਲੈ ਕੇ ਖਾ ਲੈਂਦੇ ਦਾਲ ਵੀ ਜੀ ਸਿਰਫ ਅੱਧ ਪਾ ਹੈ ਹਾਂਜੀ ਸੋਹਣੀ ਰੋਜੀ ਕਮਾ ਲਿਆ ਖਾ ਪਾ ਜੀ ਗਾਇਸ ਮਾਸ਼ਾਅੱਲਾ ਮੇਰਾ ਖਾਣਾ ਆ ਗਿਆ ਦਾਲ ਔਰ
ਰੋਟੀ ਮਾਸ਼ਾਅੱਲਾ ਜੀ ਖਾਣਾ ਚਾਹੁੰਦੇ ਤੇ ਆਓ ਜੀ ਸੱਤਵੀਂ ਸਕੂਲ ਜੀ ਸੌਵੀਂ ਸਕੂਲ ਮਿਲ ਕੇ ਖਾਂਦੇ ਇਕੱਠੇ ਖਾਂਦੇ ਹਾਂ ਔਰ ਚੈੱਕ ਕਰਨੇ ਹਾਂ ਵੀ ਕਿੱਡੀ ਲਜ਼ੀਜ਼ਾ ਬਣੀ ਹੈ ਮਾਸ਼ਾਅੱਲਾ ਮੌਜਦਾਰ ਜੀ। ਹਾਂਜੀ ਤੇ ਸੁਬਹ ਸੁਬਹ ਉੱਠ ਗਿਆ ਔਰ ਗੁੱਡ ਮਾਰਨਿੰਗ ਇਸ ਗੱਲ ਮਿਲਾਂਗੇ ਇੱਥੇ ਕਰ ਰਹੇ ਜੀ ਐਂਡ ਤੇ ਨੈਕਸਟ ਵਲੌਗ 'ਚ ਮਿਲਾਂਗੇ ਇਨਸ਼ਾ ਅੱਲਾ ਤੁਸੀਂ ਵਲੌਗ ਕਰ ਆਪਣੇ ਬਾਈ ਕਰੀਏ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਬਖਸ਼ੂ ਮੌਤ 'ਚ ਜ਼ਰੂਰ ਯਾਦ ਰੱਖਣਾ ਤੱਕ ਕਿ ਲਾਫ ਤੋ ਜੀ ਨਾ ਮੈਂ ਨਾ ਮੋਟਰਸਾਈਕਲ ਬੁਲਵਾਉਣ ਜਾਣਾ ਅੱਜ ਅਤੇ ਚਾਰ ਵਜੇ ਤਾਂ ਮੈਂ ਜਗਾੜ ਲਾ ਕੇ ਬੈਠਾ ਜੇ ਇੱਥੇ ਨਾ ਤਾਰ ਲਾ ਕੇ ਔਰ ਜੇ ਨਾ ਉੱਪਰ ਲਾ ਕੇ ਮੈਂ ਕਿਹਾ ਚਲੋ ਜਾਂਦਾ ਚਾਰ ਵਜੇ ਤਾਂ ਆਉਂਦਾ ਫਿਰ ਨਾਲ ਨਾਲ ਫਿਰ ਉੱਥੇ ਨਾ ਵੀਡੀਓ ਬਣਾਉਣੀ ਹੁੰਦਾ ਚਾਰ ਵਜੇ ਮੁੱਕ ਗਿਆ ਕੱਢੋ ਕੰਮ ਖਰਾਬ ਹੋ ਜਾਂਦਾ ਇਹ ਸੋਚਦੇ ਮੈਂ ਨਾ ਨਾਲ ਚਾਰ ਵਜੇ ਨਾ